ਦੇਸ਼ ਵਿਦੇਸ਼ ਦੀ ਧਰਤੀ ਤੇ ਦੈਨਿਕ ਸਵੇਰਾ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਦੀ ਫਤਿਹ ਅਰਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ 12 ਨੰਬਰ ਪੌੜੀ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾ ਹੈ। ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਸਤਿਗੁਰਾਂ ਨੇ ਸੁਣਨ ਤੋਂ ਬਾਅਦ ਅਗਲੀ ਅਵਸਥਾ ਜੋ ਹੁਣ 4 ਪੌੜੀਆਂ ਵਿੱਚ ਬਖਸ਼ਿਸ਼ ਕਰਨੀ ਹੈ ਕਿ ਮਨ ਲੈਣਾ, ਕਿਉਂਕਿ ਕੰਨਾਂ ਨਾਲ ਸੁਣਿਆ ਹੈ, ਜੇ ਅਸੀਂ ਉਸ ਬਾਤ 'ਤੇ ਅਮਲ ਨਹੀਂ ਕਰਦੇ, ਉਹਨੂੰ ਮੰਨਦੇ ਨਹੀਂ, ਤਾਂ ਫਿਰ ਉਹ ਸੁਣਨ ਤੱਕ ਜਦੋਂ ਬਾਤ ਸੀਮਤ ਰਹਿੰਦੀ ਹੈ ਤਾਂ ਮਹਾਰਾਜ ਕਹਿੰਦੇ ਭਾਈ ਫਿਰ ਮੰਨਣ ਵਾਲੇ ਪਾਸੇ ਨਹੀਂ ਆਉਂਦਾ, ਤਾਂ ਜੀਵਨ ਦੀ ਉਹ ਖੇਡ ਨਹੀਂ ਬਣਦੀ। ਇਸੇ ਕਰਕੇ ਕੰਨਾਂ ਨਾਲ ਸੁਣਿਆ ਅਤੇ ਮੰਨਣ ਦਾ ਅੱਗੇ ਵਿਸ਼ਾ ਹੈ ਮਨ ਦੇ ਨਾਲ। ਮਹਾਰਾਜ ਕਹਿੰਦੇ ਉਸ ਮਨੁੱਖ ਦੀ ਉੱਚੀ ਆਤਮਕ ਅਵਸਥਾ ਦੱਸੀ ਨਹੀਂ ਜਾ ਸਕਦੀ ਜਿਸ ਨੇ ਅਕਾਲ ਪੁਰਖ ਦੇ ਨਾਮ ਨੂੰ ਮੰਨ ਲਿਆ, ਜੀਵਨ 'ਚ ਧਾਰਨ ਕਰ ਲਿਆ। ਮੰਨੇ ਕੀ ਗੱਤ, ਗੱਤ ਕਹਿੰਦੇ ਅਵਸਥਾ ਨੂੰ, ਕਹੀ ਨਾ ਜਾਏ। ਕਹਿੰਦੇ ਉਹ ਕਹੀ ਨਹੀਂ ਜਾ ਸਕਦੀ। ਜੈਸੇ ਗੁਰਬਾਣੀ ਅੰਦਰ ਪਰਮੇਸ਼ਰ ਦਾ ਥਾਂ ਨਹੀਂ ਪਾਇਆ ਜਾ ਸਕਦਾ, ਇਸ ਰੂਪ ਆਖਿਆ, ਗੁਰੂ ਦੀ ਗੱਤ ਨਹੀਂ ਕਹੀ ਜਾ ਸਕਦੀ। ਐਸੇ ਕਹਿੰਦੇ ਜਿਹੜਾ ਉਹਦੇ ਨਾਮ ਨਾਲ ਜੁੜਦਾ ਉਹ ਵੀ ਇਤਨਾ ਵਿਸ਼ਾਲ ਹੋ ਜਾਂਦਾ ਵੀ ਉਸ ਵੀ ਰੱਬ ਦੇ ਪਿਆਰੇ ਦੀ ਬਾਤ ਫਿਰ ਜਾਂ ਤੱਕ ਉਹੋ ਜਿਹਾ ਬਣੇ ਜਿਵੇਂ ਆਪਾਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ, ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੈ। ਜੇ ਕੋਈ ਉਹੋ ਜਿਹਾ ਬਣ ਜਾਏ ਫਿਰ ਉਸ ਅਵਸਥਾ ਨੂੰ ਜਾਣਦਾ ਹੈ। ਕਹਿੰਦੇ ਉਹਦੀ ਬਾਤ ਕਈ ਨਹੀਂ, ਮੰਨੇ ਕੀ ਗੱਤ ਕਈ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਜੇ ਕੋ ਕਵੇ ਵੀ ਨਾ ਵੀ ਮੈਂ ਕਹਿ ਸਕਦਾ ਜੀ, ਮੈਂ ਦੱਸ ਸਕਦਾ, ਕਹਿੰਦੇ ਉਹਨੂੰ ਬਾਅਦ ਵਿੱਚ ਇਹ ਕੀਤੇ ਹੋਏ ਆਪਣੇ ਦਾਅਵੇ 'ਤੇ ਪਛਤਾਉਣਾ ਹੀ ਪੈਂਦਾ ਕਿਉਂਕਿ ਉਹ ਕਹਿ ਨਹੀਂ ਸਕਦਾ। ਫਿਰ ਕਹਿੰਦੇ ਜੇ ਇਹਨੂੰ ਲਿਖਣਾ ਹੋਵੇ ਉਸ ਰੱਬ ਦੇ ਪਿਆਰੇ ਦੀ ਸਭ ਤੋਂ ਸਲਾਹ ਨੂੰ, ਕਾਗਜ਼ ਕਲਮ ਨਾ ਲਿਖਣ ਹਾਰ, ਐਸਾ ਕੋਈ ਕਾਗਜ਼ ਨਹੀਂ ਬਣਿਆ, ਐਸੀ ਕੋਈ ਕਲਮ ਨਹੀਂ। ਕਹਿੰਦੇ ਕਾਗਜ਼ ਅਤੇ ਕਲਮ ਨਾਲ ਉਸ ਰੱਬ ਦੇ ਪਿਆਰੇ ਦੀ ਸਿਫਤ ਜਿਹੜੀ ਆ ਨਾ ਉਹ ਲਿਖੀ ਨਹੀਂ ਜਾ ਸਕਦੀ। ਉਹ ਸਿਫਤ ਦਾ ਕੋਈ ਅਖੀਰ ਨਹੀਂ ਹੈ। ਉਸ ਮਾਲਕ ਦਾ ਪਿਆਰਾ ਉਹ ਵੀ ਗੁਣਾਂ ਦਾ ਸਮੁੰਦਰ ਵਿੱਚ ਰਲ ਕੇ ਉਹ ਸਾਗਰ ਵਿੱਚ, ਉਹ ਵੀ ਸਾਗਰ ਦਾ ਹੀ ਰੂਪ ਹੋ ਜਾਂਦਾ ਹੈ। ਪਰਮੇਸ਼ਰ ਦੇ ਨਾਮ ਦੀ ਮਹਿਮਾ ਹੈ ਕਿ ਜਿਹੜਾ ਵੀ ਉਸ ਨਾਲ ਜੁੜਦਾ ਉਸ ਰੱਬ ਦਾ ਹੀ ਰੂਪ ਹੋ ਨਿਬੜਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਪਰਮੇਸ਼ਰ ਨਿਰੰਕਾਰ ਜੋ ਗੁਣਾਂ ਦਾ ਸਮੁੰਦਰ ਹੈ, ਅਤੇ ਜਿਹੜਾ ਜੀਵਨ ਉਹਦੇ ਨਾਲ ਜੁੜਿਆ ਉਹ ਵੀ ਗੁਣਾਂ ਦਾ ਸਾਗਰ ਹੋ ਨਿਬੜਦਾ ਹੈ। ਮੰਨੇ ਕਾ ਬੈ ਕਰਨ ਵਿਚਾਰ, ਕਹਿੰਦੇ ਉਹਦੇ ਬਾਬਤ ਉਹਦੀ ਆਤਮਕ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਉਸ ਮਾਲਕ ਦੇ ਪਿਆਰੇ ਦੀ, ਜਿਹੜਾ ਅਕਾਲ ਪੁਰਖ ਦਾ ਨਾਮ ਕਹਿੰਦੇ ਬਹੁਤ ਉੱਚਾ ਅਤੇ ਮਾਇਆ ਦੇ ਪ੍ਰਭਾਵ ਤੋਂ ਪਰੇ, ਜਿਹਦੇ ਬਾਬਤ ਜਦੋਂ ਬੈਠ ਕੇ ਕੋਈ ਵਿਚਾਰ ਵੀ ਜਿਹੜਾ ਕਰਦਾ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਤਾਂ ਉਹਦੇ ਬਾਬਤ ਤਾਂ ਵੀ ਕੁਝ ਕਿਹਾ ਨਹੀਂ ਜਾ ਸਕਦਾ। ਕਹਿੰਦੇ ਵਿਚਾਰ ਤਾਂ ਕਰਦਾ ਹੈ, ਕਹਿੰਦਾ ਹੈ, ਪਰ ਮਹਾਰਾਜ ਨਾਲ ਕਹਿੰਦੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਕਹਿੰਦੇ ਐਸਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ, ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ, ਨਿਰੰਜਨ ਅੰਜਨ ਕਹਿੰਦੇ ਸੁਰਮੇ ਨੂੰ, ਨਿਰੰਜਨ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ, ਜੇ ਕਿਤੇ ਉਹਨੂੰ ਕੋਈ ਮਨ ਦੇ ਵਿੱਚ ਮਨ ਕਰਕੇ ਮੰਨ ਕੇ ਵੇਖ ਲਵੇ, ਆਪਣੇ ਅੰਦਰ ਲਗਨ ਜਿਹੜੀ ਉਹ ਲਾ ਕੇ ਵੇਖ ਲਵੇ ਉਸ ਅਕਾਲ ਪੁਰਖ ਦੇ ਦਰ 'ਤੇ, ਕਹਿੰਦੇ ਬਾਤ ਤਾਂ ਹੈ ਜੇ ਕਿਸੇ ਨੇ ਗੁਰੂ ਦੀ ਬਾਤ ਮੰਨ ਲਈ। ਅਤੇ ਸਾਹਿਬ ਕਹਿੰਦੇ ਜੇ ਮੰਨੀ ਨਹੀਂ ਤਾਂ ਫਿਰ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਗੁਰੂ ਦੀ ਖੁਸ਼ੀ ਦਾ ਪਾਤਰ ਨਹੀਂ ਬਣ ਸਕਦਾ। ਸਰੀਰ ਕਰਕੇ ਤਾਂ ਨਿਵਰਿਆ ਹੈ, ਆਪਾਂ ਆਸਾ ਕੀ ਵਾਰ ਵਿੱਚ ਬਚਨ ਪੜ੍ਹਦੇ ਹਾਂ, ਸੀਸ ਨਿਵਾਇਆ ਕਿਆ ਥੀਐ ਜਾਂ ਹਿਰਦੈ ਕਸੁੱਧੇ ਜਾਹੇ। ਕਹਿੰਦੇ ਸੀਸ ਤਾਂ ਨਿਵਾਰਿਆ ਹੈ ਲੇਕਿਨ ਮਾਲਕ ਦੀ ਬਾਤ ਜਿਹੜੀ ਨਹੀਂ ਮੰਨਦਾ, ਉਹਨੂੰ ਹੀ ਸਾਹਿਬ ਨੇ ਆਖਿਆ ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਉਸ ਮਾਲਕ ਦਾ ਵਚਨ ਮੰਨ ਲਿਆ ਉਹ ਫਿਰ ਉਹਦੇ ਦਰ 'ਤੇ ਪ੍ਰਵਾਨ ਚੜ੍ਹ ਗਏ। ਗੁਰੂ ਕਿਰਪਾ ਕਰੇ ਅਸੀਂ ਅਗਲੇ ਭਾਗ ਦੇ ਵਿੱਚ ਜੋ ਮੰਨੇ ਦੀ ਅਗਲੀ ਪੌੜੀ ਉਸ ਦੀ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਖਬਰਾਂ ਵੇਖਣ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।